SBC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਾਨੂੰਨ ਨੂੰ ਲੈ ਕੇ ਕਾਨੂੰਨ ਤੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਬਲਾਤਕਾਰੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਜਦੋਂ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਭਾਰਤ 'ਚ ਸਿੱਖਾਂ ਦੇ ਲਈ ਕਾਨੂੰਨ ਵੱਖ ਹੈ ਤੇ ਅਸੀਂ ਆਵਾਜ਼ ਜ਼ਰੂਰ ਚੁੱਕਾਂਗੇ, ਇਹ ਕਿਹਾ ਧਾਮੀ ਸਾਹਿਬ ਨੇ। ਸੋ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਦੀ ਪੈਰੋਲ 'ਤੇ SBC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਾਨੂੰਨ 'ਤੇ ਸਵਾਲ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਬਲਾਤਕਾਰੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਜਦੋਂ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਆਵਾਜ਼ ਚੁੱਕਾਂਗੇ ਭਾਰਤ ਵਿੱਚ ਸਿੱਖਾਂ ਦੇ ਲਈ ਵੱਖ ਕਾਨੂੰਨ ਜਿਹੜਾ ਬਣਾਇਆ ਜਾ ਰਿਹਾ। ਸੋ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਧਾਮੀ ਸਾਹਿਬ ਦੁਆਰਾ। ਉਹਨਾਂ ਨੇ ਸਾਫ਼ ਕੀਤਾ ਕਿ ਜਿਸ ਹਿਸਾਬ ਦੇ ਨਾਲ ਇਹ ਵੱਖੋ ਵੱਖ ਕਾਨੂੰਨ ਬਣਾਏ ਜਾ ਰਹੇ ਨੇ ਇਸ ਪ੍ਰਤੀ ਅਸੀਂ ਆਵਾਜ਼ ਜ਼ਰੂਰ ਚੁੱਕਾਂਗੇ। ਅੱਜ ਬੜੇ ਦੁੱਖ ਤੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਕਿ ਰਾਮ ਰਹੀਮ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਕਿੰਨੇ ਦਿਨ ਬਣਦੇ ਆ ਮੇਰੇ ਕੋਲ, 180 ਦਿਨ ਬਣਦੇ ਹੋਣੇ, 91 ਦਿਨ ਜਿਹਨੂੰ ਪਰੋਲ ਮਿਲ ਗਏ, 91 ਦਿਨ ਤੀਜੀ ਵਾਰੀ ਪਰੋਲ 'ਤੇ ਆਇਆ ਅਤੇ ਮੈਂ ਪੁੱਛਦਾ ਵੀ ਇਹ ਕਿਹੜਾ ਇਨਸਾਫ ਆ, ਕਿਹੜਾ ਕਾਨੂੰਨ ਆ। ਇੱਕ ਬੰਦਾ ਜਿਹੜਾ ਕ੍ਰਿਮੀਨਲ ਤੌਰ ਦੇ ਉੱਤੇ ਘਿਨਾਉਣੀਆਂ ਹਰਕਤਾਂ ਕਰਕੇ ਗਿਆ ਉਹ ਤਾਂ 90 ਦਿਨ 6 ਮਹੀਨਿਆਂ ਦੇ ਵਿੱਚ ਆ ਜਾਵੇ, 91 ਦਿਨ ਅਤੇ ਜਿਹੜੇ ਸਾਡੇ ਲੰਬੇ ਅਰਸੇ ਦੇ ਬੈਠੇ ਆ ਵੀਰ ਉਹਨਾਂ ਦੀ ਵਾਰ ਨੂੰ ਕਾਨੂੰਨ ਜਿਹੜਾ ਆ ਉਹ ਦੋਹਰਾ ਰੱਖਿਆ ਜਾਂਦਾ। ਇਨਸਾਫ਼ ਦੀ ਅਸੀਂ ਮੰਗ ਕਰਦੇ ਹਾਂ। ਹੁਣ ਪਰਸੋਂ 18 ਤਰੀਕ ਨੂੰ ਸਾਡੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਆ, ਉਹਦੇ ਵਿੱਚ ਵੀ ਬੰਦੀ ਸਿੰਘਾਂ ਲਈ ਵੀ ਅਤੇ ਆਉਂਦਾ ਜਿਹੜਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਜਿਹੜਾ ਐਕਟ ਤੋੜਨ ਦਾ ਯਤਨ ਕੀਤਾ ਗਿਆ ਉਹਦੇ ਲਈ ਵੀ ਕੋਈ ਹੋਰ ਬੈਠੇ ਸਾਰਿਆਂ ਨੂੰ ਉਲਾਨਾਂਗੇ। ਇਸ ਦੇ ਨਾਲ ਹੀ ਫੋਨ ਲਾਈਨ 'ਤੇ ਸਾਡੇ ਸਹਿਯੋਗੀ ਪਰਮਵੀਰ ਔਲਖ ਸਰ ਨੂੰ ਇਸੇ ਖਬਰ 'ਤੇ ਹੋਰ ਵਧੇਰੇ ਜਾਣਕਾਰੀ ਦੇਣਗੇ। ਪਰਮ, ਜੇਕਰ ਖਾਸ ਤੌਰ 'ਤੇ ਗੱਲਬਾਤ ਕੀਤੀ ਜਾਏ ਤਾਂ ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਧਾਮੀ ਸਾਹਿਬ ਨੇ ਜੋ ਕਾਨੂੰਨ ਲੈ ਕੇ ਸਵਾਲ ਖੜੇ ਕੀਤੇ ਨੇ, ਆਖਿਰ ਇਹਨਾਂ ਦੇ ਮਾਇਨੇ ਕੀ ਸਮਝੀਏ? ਬਿਲਕੁਲ ਗੁਰਪ੍ਰੀਤ, ਦੇਖੋ ਇਸ ਤੋਂ ਤੇ ਬਿਲਕੁਲ ਸਾਫ ਹੋ ਰਿਹਾ, ਜਿਵੇਂ ਕਿ ਹਰਜਿੰਦਰ ਸਿੰਘ ਧਾਮੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਭਾਰਤ ਦੇਸ਼ ਤਾਂ ਇੱਕ ਹੈਗਾ ਪਰ ਕਾਨੂੰਨ ਦੋ ਨੇ। ਕਾਨੂੰਨ ਦੋ ਕਿਸ ਤਰ੍ਹਾਂ ਨੇ, ਸਿੱਖਾਂ ਲਈ ਅਲੱਗ ਕਾਨੂੰਨ ਹੈਗਾ ਤੇ ਦੂਜਿਆਂ ਲਈ ਅਲੱਗ ਹੈਗਾ। ਇੱਕ ਜਿਹੜਾ ਕੋਈ ਦੋਸ਼ੀ ਹੈਗਾ ਬਲਾਤਕਾਰ ਦੇ ਕੇਸਾਂ ਦੇ ਵਿੱਚ, ਜਿਹੜਾ ਦੋਸ਼ੀ ਹੈਗਾ ਉਸ ਨੂੰ ਤੁਸੀਂ ਵਾਰ ਵਾਰ ਜਿਹੜੀ ਹੈ ਪਰੋਲ ਦੇ ਰਹੇ ਹੋ, ਦੋ ਤਿੰਨ ਵਾਰ ਉਹ ਪਰੋਲ ਤੇ ਆ ਚੁੱਕਿਆ। ਮੈਂ ਗੁਰਮੀਤ ਸਿੰਘ ਰਾਮ ਰਹੀਮ ਦੀ ਗੱਲ ਕਰ ਰਿਹਾ ਕਿ ਤਿੰਨ ਚਾਰ ਵਾਰੀ ਉਹ ਪਰੋਲ ਤੇ ਆ ਚੁੱਕਿਆ। ਪਰ ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ, ਜਿਹੜੇ ਕਿ ਉਦੋਂ ਮੌਕਾ ਸੀਗਾ, ਮੌਕੇ ਦੀ ਸਮੇਂ ਦੀ ਨਜ਼ਾਕਤ ਸੀਗੀ ਕਿ ਉਸ ਵੇਲੇ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਵੱਲੋਂ ਜੇਕਰ ਉਹਨਾਂ ਨੂੰ ਸਜ਼ਾ ਦਿੱਤੀ ਗਈ ਤਾਂ ਸਜ਼ਾਵਾਂ ਪੂਰੀਆਂ ਵੀ ਹੋ ਗਈਆਂ, ਪਰ ਉਹਨਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ? ਵੱਡੀ ਗੱਲ ਇਹ ਹੈਗੀ ਹੈ ਕਿ ਉਦੋਂ ਸਮਾਂ ਹੀ ਦੌਰ ਹੀ ਅਜਿਹਾ ਸੀਗਾ ਕਿ ਉਹਨਾਂ ਦੇ ਹੱਥੋਂ ਇਹ ਜਿਹੜੇ ਹੈ ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਹੋ ਗਈਆਂ ਸੀਗੀਆਂ। ਪਰ ਜੇਕਰ ਕਿਸੇ ਨੇ ਕੋਈ ਵਾਰਦਾਤ ਕੀਤੀ ਹੈ, ਉਸਨੂੰ ਕੋਰਟ ਨੇ ਦੋਸ਼ੀ ਸਾਬਤ ਕੀਤਾ ਹੈ, ਉਸਨੇ ਸਜ਼ਾ ਭੁਗਤ ਲਈ ਹੈ, ਤੇ ਫਿਰ ਉਹਨਾਂ ਦੀ ਸਜ਼ਾ ਜਿਹੜੀ ਭੁਗਤੀ ਹੈ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਿਉਂ ਨਹੀਂ ਕੱਢਿਆ ਜਾ ਰਿਹਾ? ਸਵਾਲ ਹੀ ਇੱਕ ਇਹ ਹੈਗਾ। ਤੇ ਉਦੋਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਰਾਮ ਰਹੀਮ ਦੀ, ਤਾਂ ਤੁਸੀਂ ਦੇਖਿਆ ਕਿ ਇੱਕ ਘਿਨਾਉਣੀ, ਸਮਾਜ ਵਾਸਤੇ ਬਹੁਤ ਘਿਨਾਉਣੀ ਅਸੀਂ ਕਹਿ ਸਕਦੇ ਹਾਂ ਕਿ ਇਹ ਹਰਕਤ ਹੈਗੀ ਹੈ ਜਿਹੜਾ ਕਿ ਬਲਾਤਕਾਰ ਦੇ ਕੇਸਾਂ ਦੇ ਵਿੱਚ ਅੰਦਰ ਹੁੰਦੇ ਆ। ਗੁਜਰਾਤ ਵਿੱਚ ਵੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉੱਥੇ ਵੀ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਰਿਹਾਅ ਕੀਤਾ ਗਿਆ। ਸੋ ਕਿਤੇ ਨਾ ਕਿਤੇ ਬੰਦੀ ਸਿੰਘਾਂ ਦਾ ਕੀ ਕਸੂਰ ਹੈਗਾ? ਪੰਥਕ ਮੁੱਦੇ ਚੁੱਕੇ ਨੇ, ਸਿੱਖ ਕੌਮ ਦੇ ਮੁੱਦੇ ਚੁੱਕੇ ਨੇ, ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ, ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਏ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿੱਥੇ ਸਵਾਲ ਖੜੇ ਕੀਤੇ ਉੱਥੇ ਹੁਣ ਧਾਮੀ ਸਾਹਿਬ ਨੇ ਸਵਾਲ ਖੜੇ ਕੀਤੇ ਕਾਨੂੰਨ ਨੂੰ ਲੈ ਕੇ, ਤੁਹਾਡਾ ਕੀ ਮੰਨਣਾ? ਦੇਖੋ ਜੀ, ਸਾਡੀ ਸਿੱਖਾਂ ਦੀ ਸਰਵੋਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਆ, ਔਰ ਨੁਮਾਇੰਦਾ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਦੇਖੋ, ਇਹ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਨੇ ਤੇ ਜੋ ਕੁਛ ਉਹ ਕਹਿ ਰਹੇ ਨੇ ਬਿਲਕੁਲ ਸਹੀ ਆ, ਸਮੇਂ ਦੇ ਅਨੁਕੂਲ ਆ, ਸਮੇਂ ਦੀ ਤਸਵੀਰ ਪੇਸ਼ ਕਰਦਾ ਇਸ ਦੇਸ਼ ਦੇ ਅੰਦਰ ਕਾਨੂੰਨ ਦਾ ਕੀ, ਕਾਨੂੰਨ ਦੇ ਕੀ ਹਾਲਾਤ ਨੇ ਤੇ ਸਿੱਖਾਂ ਪ੍ਰਤੀ ਨਜ਼ਰੀਆ ਕੀ ਆ, ਇਹ ਸਾਰੇ ਕਾਸੇ ਦੇ ਸੰਦਰਭ ਦੇ ਵਿੱਚ ਸਿੰਘ ਸਾਹਿਬ ਨੇ ਤੇ ਪ੍ਰਧਾਨ ਜੀ ਨੇ ਧਾਮੀ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ। ਦੇਖੋ, ਇਹ ਗੱਲ ਇਸ ਕਰਕੇ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਪਿਛਲੇ ਅਸੀਂ 3.5 ਸਾਲ ਤੇ ਬਲਵੰਤ ਸਿੰਘ ਰਾਜਵਾਣਾ ਤੇ 8 ਬੰਦੀ ਸਿੰਘਾਂ ਦੇ ਬਾਰੇ ਫੈਸਲਾ ਹੋਇਆ ਸੀ ਕਿ ਰਾਜਵਾਣਾ ਸਾਹਿਬ ਦੀ ਫਾਂਸੀ ਤੋੜਨੀ ਆ ਤੇ 8 ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਕਿ ਉਮਰ ਕੈਦ ਸੀ ਉਹ ਰਿਹਾ ਕਰਨਾ ਸੀ। ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸਰਕਾਰ ਦਾ, ਕੋਈ ਆਮ ਪੱਤਰ ਨਹੀਂ ਸੀਗਾ,
ਇਹ ਕਿਸੇ ਦਫ਼ਤਰ ਦੇ ਕਲਰਕ ਵੱਲੋਂ ਲਿਖਿਆ ਗਿਆ ਪੱਤਰ ਨਹੀਂ ਸੀ, ਸਰਕਾਰ ਦਾ ਨੋਟਿਸ ਸੀ। ਤੇ ਅੱਜ 3 ਸਾਲ ਬਾਅਦ ਸਰਕਾਰ ਜਿਹੜੀ ਆ ਹਲਫ਼ਨਾਮਾ ਦਾਇਰ ਕਰਦੀ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਕੀ ਬਲਵੰਤ ਸਿੰਘ ਰਾਜਵਾਨਾ ਦੇ ਬਾਹਰ ਆਉਣ ਨਾਲ ਬੜਾ ਵੱਡਾ ਖਤਰਾ ਪੈਦਾ ਹੋ ਜਾਂਦਾ। ਦੇਖੋ ਇੱਕ ਬੰਦਾ ਜਿਹਨੂੰ 28 ਸਾਲ ਤੋਂ ਤੁਸੀਂ ਬੰਦ ਰੱਖਿਆ ਤੇ 1 ਘੰਟੇ ਤੁਸੀਂ ਪਰੋਲ ਦੇ ਰਹੇ ਹੋ, ਗਰੇਵਾਲ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਹਰਜੀਤ ਗਰੇਵਾਲ ਸਾਹਿਬ। ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮੀਡੀਆ ਤੇ। ਸ਼ੁਕਰੀਆ ਜੀ, ਧੰਨਵਾਦ ਧੰਨਵਾਦ ਜੀ। ਗਰੇਵਾਲ ਸਾਹਿਬ, ਜਿਸ ਹਿਸਾਬ ਦੇ ਨਾਲ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ 40 ਦਿਨਾਂ ਦੀ, ਕਿਤੇ ਨਾ ਕਿਤੇ SCPC ਦੁਆਰਾ ਸਵਾਲ ਖੜੇ ਕੀਤੇ ਗਏ ਨੇ ਕਾਨੂੰਨੀ ਵਿਵਸਥਾ ਤੇ ਕਿ ਆਖਿਰ ਇੱਕ ਪਾਸੇ ਤਾਂ ਬਲਾਤਕਾਰੀਆਂ ਨੂੰ ਪੈਰੋਲ ਮਿਲ ਰਹੀ ਹੈ ਤੇ ਦੂਸਰੇ ਪਾਸੇ ਬੰਦੀ ਸਿੰਘਾਂ ਦੀ ਕੋਈ ਵੀ ਗੱਲਬਾਤ ਨਹੀਂ ਹੋ ਰਹੀ, ਕਿਤੇ ਨਾ ਕਿਤੇ ਵੱਖ ਕਾਨੂੰਨ ਦੇ ਤਹਿਤ ਉਹਨਾਂ ਨੇ ਸਵਾਲ ਖੜੇ ਕੀਤੇ ਆ, ਤੁਹਾਨੂੰ ਕੀ ਲੱਗਦਾ? ਪਹਿਲੀ ਗੱਲ ਤਾਂ ਇਹ ਆ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਆ ਇਹੋ ਜਿਹੇ ਉੱਚ ਸਥਾਨਾਂ ਤੇ ਬੈਠੇ ਹੋਏ ਸਿੱਖ ਪੰਥ ਤੇ ਔਰ ਵਿਅਕਤੀ ਜਿਹੜੇ ਆ ਜਿਨ੍ਹਾਂ ਤੋਂ ਅਸੀਂ ਪ੍ਰੇਰਣਾ ਵੀ ਲੈਂਦੇ ਹਾਂ, ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤਾਂ ਉਹ ਮੇਰਾ ਖਿਆਲ ਅੱਛੀ ਗੱਲ ਨਹੀਂ ਹੈ ਔਰ ਉਹ ਗਲਤ ਦਿਸ਼ਾ ਮਿਲਦੀ ਹੈ ਸਮਾਜ ਨੂੰ। ਦੇਸ਼ ਦਾ ਕਾਨੂੰਨ ਅਤੇ ਸੰਵਿਧਾਨ ਸਾਰਿਆਂ ਲਈ ਇੱਕ ਬਰਾਬਰ ਆ, ਇਹ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਆ, ਲੋਕਤੰਤਰ ਦੇ ਅੰਦਰ ਨਿਆਂਪਾਲਿਕਾ ਹੈ। ਜੇ ਅਗਰ ਕੋਈ ਮਿਨਿਸਟਰ ਜਾਂ ਕੋਈ ਸਰਕਾਰਾਂ ਜਾਂ ਕੋਈ ਹੋਰ ਸਰਕਾਰ ਪੱਖਪਾਤ ਕਰਦੇ ਆ ਤਾਂ ਅਸੀਂ ਨਿਆਂਪਾਲਿਕਾ ਕੋਲ ਅਪਰੋਚ ਕਰ ਸਕਦੇ ਹਾਂ। ਸਾਨੂੰ ਇਹ ਜਿਹੜਾ ਵੀ ਕੰਮ ਹੋ ਰਿਹਾ ਕਾਨੂੰਨ ਸੰਮਤ ਹੋਇਆ ਔਰ ਕਾਨੂੰਨ ਸੰਮਤ ਸਭ ਨੂੰ ਅਧਿਕਾਰ ਆ, ਅਤੇ ਅੱਜ ਇਹ ਵੀ ਮੰਗ ਕਰ ਰਹੇ ਨੇ ਅਤੇ ਅਗਰ ਜਿਹੜੇ ਇਸ ਵੇਲੇ ਬੰਦੀ ਸਿੱਖ ਨੇ ਜਿਨ੍ਹਾਂ ਨੇ ਸਜ਼ਾ ਵੀ ਪੂਰੀ ਕਰ ਲਈ ਜਾਂ ਨਹੀਂ ਵੀ ਕੀਤੀ, ਉਹ ਸਾਰੇ ਦੇ ਸਾਰੇ ਜਿਸ ਤਰ੍ਹਾਂ ਹੁਣ ਰਾਜਵਾਨਾ ਸਾਹਿਬ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਮਾਨਯੋਗ ਅਦਾਲਤ ਦੀ ਤਰਫੋਂ, ਮਾਨਯੋਗ ਅਦਾਲਤ ਹੀ ਉਸਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰ ਰਹੀ ਹੈ ਅਤੇ ਉਹ ਪੱਖਪਾਤ ਹੋ ਰਿਹਾ। ਉਹਦੇ ਲਈ ਵੀ ਕਹਿ ਦੇਣਾ ਚਾਹੀਦਾ ਕਿ ਵੀ ਸਿੱਖਾਂ ਦੀ ਫੇਵਰ ਹੋ ਰਹੀ ਹੈ, ਔਰ ਮੈਂ ਇਹ ਸਮਝਦਾ ਕਿ ਕੋਈ ਪੱਖਪਾਤ ਨਹੀਂ, ਕਾਨੂੰਨ ਸੰਮਤ ਗੱਲ ਆ ਔਰ ਹਰ ਕਿਸੇ ਨੂੰ ਕਿਸੇ ਨੇ ਅਪਰਾਧ ਵੀ ਕੀਤਾ ਹੋਇਆ ਉਹਨੂੰ ਕਾਨੂੰਨ ਕੋਲ ਅਪਰੋਚ ਕਰਨ ਦੀ ਨਿਆਂਪਾਲਿਕਾ ਜਾਣ ਦੀ ਖੁੱਲ੍ਹ ਹੁੰਦੀ ਆ ਔਰ ਨਿਆਂਪਾਲਿਕਾ ਦੇ ਜਿਹੜੇ ਫੈਸਲੇ ਹੁੰਦੇ ਆ ਉਹਨਾਂ ਦਾ ਸਾਨੂੰ ਸਤਿਕਾਰ ਅਤੇ ਸਨਮਾਨ ਵੀ ਕਰਨਾ ਚਾਹੀਦਾ ਚਾਹੇ ਉਹ ਸਾਡੇ। ਗਰੇਵਾਲ ਸਾਹਿਬ, ਤੁਹਾਨੂੰ ਕਿੱਥੇ ਲੱਗ ਰਹੀ ਹੈ ਕਿ ਕਿੱਥੇ ਚੂਕ ਕਿੱਥੇ ਜਾਂ ਖਾਸ ਤੌਰ 'ਤੇ ਕਿਸ ਚੀਜ਼ ਦੀ ਘਾਟ ਹੈ? ਸਾਫ਼ ਤੌਰ 'ਤੇ SCPC ਗੱਲਬਾਤ ਕਹਿ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਕਿਉਂ ਨਹੀਂ ਰਹੀ, ਤੁਹਾਨੂੰ ਕੀ ਲੱਗਦਾ? ਬੰਦੀ ਸਿੰਘਾਂ ਦੀ ਰਿਹਾਈ ਗੱਲ ਇਹ ਹੈਗੀ ਆ ਕਿ ਉਹਨਾਂ ਨੇ ਜਿਸ ਤਰ੍ਹਾਂ ਹੁਣ ਆਪਣੇ ਰਵਨੀਤ ਸਿੰਘ ਬਿੱਟੂ ਨੇ ਉਹ ਪੀੜਿਤ ਪਰਿਵਾਰ ਨੇ ਇਹਨਾਂ ਲੋਕਾਂ ਦੁਆਰਾ ਅਤੇ ਉਹ ਇਸ ਵੇਲੇ ਤੱਕ ਵੀ ਵਿਰੋਧ ਕਰਦੇ ਮਾਨਯੋਗ ਮੈਂਬਰ ਪਾਰਲੀਮੈਂਟ ਨੇ, ਇਸੇ ਤਰ੍ਹਾਂ ਬਾਕੀ ਲੋਕ ਵੀ ਨੇ ਔਰ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੇ। ਕਾਨੂੰਨ ਆਪਣਾ ਕੰਮ ਆਪਣੇ ਹਿਸਾਬ ਨਾਲ ਕਰਦਾ, ਚਾਰਾਜੋਈ ਕਰ ਲੈਣੀ ਚਾਹੀਦੀ ਆ, ਠੀਕ ਆ, ਔਰ ਜਿਹੜੀਆਂ ਇਹ ਗੱਲਾਂ ਕਰਦੇ ਆ ਜੋ ਕੰਮ ਨਰਿੰਦਰ ਮੋਦੀ ਜੀ ਨੇ ਪੰਜਾਬ ਲਈ ਪੰਜਾਬੀਆਂ ਲਈ ਔਰ ਸਿੱਖਾਂ ਲਈ ਕੀਤੇ ਨੇ ਉਹ ਅੱਜ ਤੱਕ ਸਿੱਖ ਪ੍ਰਧਾਨ ਮੰਤਰੀ ਰਿਹਾ ਉਸਨੇ ਵੀ ਨਹੀਂ ਕੀਤੇ, ਸਿੱਖ ਰਾਸ਼ਟਰਪਤੀ ਰਿਹਾ ਉਸਨੇ ਵੀ ਨਹੀਂ ਕੀਤੇ। ਇਹ ਸਾਨੂੰ ਟਿੱਪਣੀਆਂ ਕੁਛ ਸੋਚ ਕੇ ਕਰਨੀਆਂ ਚਾਹੀਦੀਆਂ। ਠੀਕ ਹੈ, ਆਪਾਂ ਜਵਾਬ ਲੈ ਲੈਂਦੇ ਹਾਂ। ਸਾਡੇ ਨਾਲ ਗੁਰਚਰਨ ਸਿੰਘ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, SCPC ਮੈਂਬਰ। ਸਿੰਘ ਸਾਹਿਬ, ਤੁਹਾਨੂੰ ਕੀ ਲੱਗਦਾ, ਉਹਨਾਂ ਨੇ ਸਾਫ਼ ਕੀਤਾ ਹਰਜੀਤ ਗਰੇਵਾਲ ਹੋਰਾਂ ਨੇ ਕਿ ਕੁਝ ਨੂੰ ਇਸ ਨੂੰ ਲੈ ਕੇ ਕਿੰਤੂ ਪਰੰਤੂ ਕਰਦੇ ਨੇ ਜਾਂ ਫਿਰ ਜਿਸ ਹਿਸਾਬ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਜਾਂ ਪਿਛਲੇ ਕਾਫ਼ੀ ਟਾਈਮ ਤੋਂ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ, ਉੱਥੇ ਹੀ ਕੁਝ ਕੁ ਪਰਿਵਾਰ ਅਜਿਹੇ ਵੀ ਨੇ ਜਿਹੜੇ ਇਸ 'ਤੇ ਕਿੰਤੂ ਪਰੰਤੂ ਕਰ ਰਹੇ ਨੇ? ਦੇਖੋ ਜੀ, ਗਰੇਵਾਲ ਸਾਹਿਬ ਬੜੇ ਸਿਆਣੇ ਲੀਡਰ ਨੇ, ਸਾਰਾ ਕੁਛ ਸਮਝਦੇ ਨੇ, ਪਰ ਪਾਰਟੀ ਦੀ ਗੱਲ ਇਹਨਾਂ ਨੇ ਕਰਨੀ ਆ, ਇਹਨਾਂ ਦੀ ਮਜਬੂਰੀ ਆ। ਹੁਣ ਇਹਨਾਂ ਦੇ ਕਹਿਣੇ ਮੁਤਾਬਕ ਹੀ ਅਸੀਂ ਕਹਿ ਰਹੇ ਹਾਂ, ਅਸੀਂ ਕਦੋਂ ਕਹਿੰਦੇ ਹਾਂ ਵੀ ਜਿਹੜੀ ਮੋਦੀ ਸਾਹਿਬ ਨੇ ਕੰਮ ਕੀਤਾ ਵਾ ਤੇ ਉਹਨੂੰ ਅਸੀਂ ਕਹਿੰਦੇ ਹਾਂ ਨਹੀਂ ਕੀਤਾ, ਗੱਲ ਤਾਂ ਅਸੀਂ ਤਾਂ ਉਹ ਕਰ ਰਹੇ ਜਿਹੜਾ ਕੰਮ ਨਹੀਂ ਕੀਤਾ ਉਹਦੀ ਅਸੀਂ ਗੱਲ ਕਰ ਰਹੇ ਹਾਂ। ਸੋ ਇਸ ਕਰਕੇ ਅੱਜ ਸਾਡਾ ਰੋਣਾ ਕਾਹਦਾ ਵਾ, ਰੋਣਾ ਸਾਡਾ ਇਹੋ ਹੀ ਆ ਕਿ ਬੰਦੀ ਸਿੰਘਾਂ ਦੇ ਬਾਰੇ ਦੇ ਵਿੱਚ ਕਾਨੂੰਨ ਜਿਹੜਾ ਵਾ ਉਹ ਕੋਈ ਹੋਰ ਪ੍ਰਭਾਵ ਛੱਡ ਰਿਹਾ। ਜਦੋਂ ਬਲਾਤਕਾਰੀ ਤੇ ਇੱਕ ਕਾਤਲ ਜਿਹੜਾ ਵਾ, ਗਰੇਵਾਲ ਸਾਹਿਬ ਇਹ ਗੱਲ ਕਰ ਰਹੇ ਸੀ ਸਰਦਾਰ ਹਰਜੀਤ ਸਿੰਘ ਜੀ ਕਿ ਇੱਕ ਸਾਡੇ ਇੱਕ MP ਨੇ ਜਿਹੜੇ MP ਇਸ ਗੱਲ ਦੀ ਮੁਖਾਲਫਤ ਕਰਦੇ ਆ, ਇਸ ਕਰਕੇ ਜਿਹੜੇ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਟਾਲਿਆ ਜਾ ਰਿਹਾ, ਫਾਂਸੀ ਤੋਂ ਜਿਹੜੀ ਆ ਉਮਰ ਕੈਦ 'ਚ ਨਹੀਂ ਤਬਦੀਲ ਕੀਤਾ ਜਾ ਰਿਹਾ। ਇਹਦਾ ਮਤਲਬ ਵੀ ਇਹ ਇੱਕ ਵਿਅਕਤੀ ਜੇ ਕਹੇਗਾ ਤੇ ਉਹਦੇ ਨਾਲ ਬਦਲ ਜਾਏਗਾ, ਤੇ ਜੇ ਜਿਹੜਾ ਆਪਣਾ ਰਾਮ ਰਹੀਮ ਹੈ ਉਹਦੇ ਬਾਰੇ ਦੇ ਵਿੱਚ ਜਿਹੜਾ ਜਿਹਦਾ ਬਾਪ ਮਰਿਆ ਪੱਤਰਕਾਰ ਦਾ, ਉਹਨੇ ਕਿੰਨੀ ਵਾਰ ਇਸ ਗੱਲ ਦਾ ਰੌਲਾ ਪਾਇਆ ਤੇ ਕਿੰਨੀਆਂ ਜਿਹੜੀਆਂ ਔਰਤਾਂ ਜਿਹਨਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਰੌਲਾ ਪਾਇਆ, ਨਾਲੇ ਉਹ ਤਾਂ ਇੱਕ ਸਮਾਜਿਕ ਬੁਰਿਆਈ ਆ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਜੇ ਹਿੰਦੁਸਤਾਨ ਦਾ ਕਾਨੂੰਨ ਉਹਨਾਂ ਨੂੰ ਰਿਹਾਈ ਦੇ ਸਕਦਾ, ਸਾਲ 'ਚ ਅੱਧਾ ਦੀ ਪਰੋਲ ਦੇ ਸਕਦਾ, ਤੇ ਬੰਦੀ ਸਿੰਘ 28-28 ਸਾਲ 'ਚ 1 ਘੰਟੇ ਦੀ ਪਰੋਲ ਕਿਉਂ? ਦੱਸੋ ਕਿਹੜਾ ਖਤਰਾ? ਅੱਜ ਤੋਂ 3 ਸਾਲ ਪਹਿਲਾਂ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ ਸੀ,
ਜਦੋਂ ਗੱਲ ਕੀਤੀ ਆ ਮੈਨੂੰ ਗੱਲ ਚੰਗੀ ਲੱਗੀ। ਇਹਨਾਂ ਨੇ ਕਿਹਾ ਕਿ ਮਾਨਸੀ ਨੂੰ ਬਦਲ ਕੇ ਉਮਰ ਕੈਦ ਕੀਤਾ ਜਾ ਰਿਹਾ, ਗਰੇਵਾਲ ਸਾਹਿਬ ਕਹਿ ਰਹੇ ਨੇ, ਕਿਉਂਕਿ ਇਹ ਗਰੇਵਾਲ ਸਾਹਿਬ ਪਾਰਟੀ ਦੇ ਬੜੇ ਸੀਨੀਅਰ ਆਗੂ ਨੇ, ਇਹਨਾਂ ਨੂੰ ਪਤਾ ਵਾ ਸਰਕਾਰ ਦੇ ਅੰਦਰ ਕੀ ਹੋ ਰਿਹਾ। ਅਸੀਂ ਤਾਂ ਕਹਿੰਦੇ ਹਾਂ ਵੀ ਕਾਨੂੰਨ ਜਿਹੜਾ ਵਾ ਜੇ ਆਪਣੇ ਤੌਰ ਤੇ ਕੰਮ ਕਰਦਾ ਤੇ ਬੰਦੀ ਸਿੰਘਾਂ ਵਾਸਤੇ ਵੀ ਕਰੇ ਨਾ। ਬੰਦੀ ਸਿੰਘਾਂ ਦੇ ਲਈ ਜਿਹੜੀ ਪੈਰੋਲ ਮਿਲਦੀ ਹੈ ਉਹ ਇੱਕ ਘੰਟੇ ਦੀ ਮਿਲਦੀ ਹੈ, ਜਦਕਿ ਜਿਸ ਤੇ ਬਲਾਤਕਾਰ ਦਾ ਕੇਸ ਹੈ ਉਸਨੂੰ 40 ਦਿਨਾਂ ਦੀ ਪੈਰੋਲ, ਆਖਿਰ ਅਜਿਹਾ ਕਾਨੂੰਨ ਕਿਉਂ? ਗੱਲ ਇਹ ਹੈ ਜੇ ਇਹਨਾਂ ਨੂੰ ਕੋਈ ਪੈਰੋਲ ਤੇ ਇਤਰਾਜ਼ ਆ, ਜਿਹਨਾਂ ਨੂੰ ਵੀ ਹੈ, ਮੈਂ ਇਹ ਨੀ ਕਹਿੰਦਾ ਸਾਡੇ ਮਾਨਯੋਗ ਗਰੇਵਾਲ ਸਾਹਿਬ ਨੂੰ ਹੈ, ਪਰ ਜਿਹਨੂੰ ਵੀ ਇਤਰਾਜ਼ ਹੈ ਉਹ ਮਾਨਯੋਗ ਅਦਾਲਤਾਂ ਹੈਗੀਆਂ ਨੇ, ਉੱਥੇ ਅਪਰੋਚ ਕਰ ਸਕਦੇ ਆ ਕਿ ਬਈ ਸਾਨੂੰ ਇਸ ਤੇ ਇਤਰਾਜ਼ ਆ। ਅਦਾਲਤਾਂ ਫੈਸਲਾ ਦਿੰਦੀਆਂ ਨੇ, ਜੋ ਵੀ ਕੰਮ ਹੋ ਰਿਹਾ ਉਹ ਕਾਨੂੰਨ ਸੰਮਤ ਹੋ ਰਿਹਾ, ਔਰ ਕੋਈ ਵੀ ਕਾਨੂੰਨ ਤੋਂ ਬਾਹਰ ਜਾ ਕੇ ਸਰਕਾਰ ਕੰਮ ਨਹੀਂ ਕਰ ਸਕਦੀ, ਚਾਹੇ ਕਿਤੇ ਵੀ। ਹੁਣ ਜਿਵੇਂ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਮੁਕੱਦਮੇ ਦਰਜ ਕਰਵਾ ਦਿੱਤੇ ਕੁਮਾਰ ਵਿਸ਼ਵਾਸ ਤੇ ਹੋਰ ਕਈਆਂ ਤੇ, ਉਹ ਮਾਨਯੋਗ ਅਦਾਲਤਾਂ ਨੇ ਉਹਨਾਂ ਨੇ ਅਪਰੋਚ ਕੀਤਾ ਤੇ ਐਫ ਆਈ ਆਰ ਰੱਦ ਹੋ ਗਈ। ਉਹਨਾਂ ਨੇ ਕਿਹਾ ਇਹ ਗਲਤ ਆ ਤੇ ਟਿੱਪਣੀਆਂ ਵੀ ਕੀਤੀਆਂ ਸਰਕਾਰ ਦੇ ਖਿਲਾਫ਼। ਇਸੇ ਤਰ੍ਹਾਂ ਜੇ ਸਰਕਾਰ ਕੋਈ ਗਲਤ ਕੰਮ ਕਰੂ, ਕੋਈ ਵੀ ਸਰਕਾਰ ਕਰੇ, ਤੇ ਜ਼ਰੂਰ ਸਾਨੂੰ ਅਪਰੋਚ ਕਰਨਾ ਚਾਹੀਦਾ। ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਆ ਜਾਂ ਛੱਤਰਪਤੀ ਸਾਹਿਬ ਨੂੰ ਲੱਗੀ ਆ ਜਾਂ ਕਿਸੇ ਹੋਰ ਨੂੰ ਲੱਗੀ ਆ, ਉਹ ਅਪਰੋਚ ਕਰ ਸਕਦੇ, ਪਰ ਸਾਨੂੰ ਸਾਡੀ ਨਿਆਏ ਪਾਲਿਕਾ ਤੇ ਸਾਡੀ ਸਾਰੀ ਵਿਵਸਥਾ ਤੇ ਹੀ ਸਵਾਲ ਨਹੀਂ ਉਠਾਉਣੇ ਚਾਹੀਦੇ। ਮੇਰਾ ਤਾਂ ਇਹ ਕਹਿਣਾ, ਕਿਉਂਕਿ ਜਦੋਂ ਮਾਨਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਥੇਦਾਰ ਸਾਹਿਬ, ਉਹਨਾਂ ਤੋਂ ਸਾਰੀ ਸਿੱਖ ਕੌਮ ਜਿਹੜੀ ਆ ਉਹ ਪ੍ਰੇਰਨਾ ਲੈਂਦੀ ਆ। ਉਹ ਕੋਈ ਗੱਲ ਕਹਿੰਦੇ ਆ ਤਾਂ ਉਹਦੀ ਕੀਮਤ ਹੈਗੀ ਆ, ਵੈਲਿਊ ਹੈਗੀ ਆ। ਤੇ ਇਸੇ ਤਰ੍ਹਾਂ ਹੀ ਐਸ ਜੀ ਪੀ ਸੀ ਦੇ ਪ੍ਰਧਾਨ ਵੀ ਜਿਹੜੇ ਹੁੰਦੇ ਆ, ਕੋਈ ਛੋਟੀ ਹਸਤੀ ਨਹੀਂ ਹੁੰਦੇ, ਉਹ ਵੀ ਇੱਕ ਬਹੁਤ ਬੜੀ ਸੰਸਥਾ ਹੈਗੀ ਹੈ ਸਿੱਖਾਂ ਦੀ, ਉਹਦੇ ਪ੍ਰਧਾਨ ਨੇ। ਜੇ ਉਹਨਾਂ ਨੇ ਕੋਈ ਗੱਲ ਕਹਿਣੀ ਆ ਤਾਂ ਉਹਨਾਂ ਨੂੰ ਉਹੀ ਗੱਲ ਕਹਿਣੀ ਚਾਹੀਦੀ ਜਿਹਦੇ ਨਾਲ ਇੱਕ ਲੋਕਤੰਤਰ ਦੇ ਲਈ ਅੱਛਾ ਪ੍ਰਭਾਵ ਜਾਵੇ ਔਰ ਸਟਰੈਂਥਨ ਹੋਵੇ। ਮੈਂ ਆਹ ਕਹਿਣਾ ਹੈਗਾ, ਮੈਂ ਕੋਈ ਟਿੱਪਣੀ ਨਹੀਂ ਕਰਦਾ ਕਿਉਂਕਿ ਜਥੇਦਾਰ ਸਾਹਿਬ ਦੀ ਗੱਲ ਤੇ ਟਿੱਪਣੀ ਨਹੀਂ ਕਰ ਸਕਦੇ ਅਸੀਂ, ਪਰ ਫਿਰ ਵੀ ਮੈਂ ਇਹੀ ਕਹੂੰਗਾ ਕਿ ਉਹਨਾਂ ਨੂੰ ਜਦੋਂ ਵੀ ਉਹਨਾਂ ਨੇ ਕੋਈ ਬਿਆਨ ਦੇਣਾ ਤਾਂ ਉਹ ਪਹਿਲਾਂ ਹੀ ਵੈਸੇ ਬਹੁਤ ਸੋਚ ਸਮਝ ਕੇ ਬੋਲਦੇ ਆ, ਕਈ ਗੱਲਾਂ ਉਹਨਾਂ ਨੇ ਬਹੁਤ ਅੱਛੀਆਂ ਕੀਤੀਆਂ ਨੇ ਤੇ ਵਿਦਵਾਨ ਨੇ, ਪੜ੍ਹੇ ਲਿਖੇ ਨੇ, ਔਰ ਮੈਂ ਇਹ ਸਮਝਦਾ ਕਿ ਧਾਮੀ ਸਾਹਿਬ ਨੂੰ ਜ਼ਰੂਰ ਥੋੜ੍ਹਾ ਜਿਹਾ ਪ੍ਰੇਰਿਤ ਕਰਨਾ ਚਾਹੀਦਾ, ਕਿਉਂਕਿ ਉਹ ਸਿੱਖ ਸੰਸਥਾ ਦੇ ਬਹੁਤ ਬੜੀ ਸੰਸਥਾ। ਠੀਕ ਹੈ, ਠੀਕ ਹੈ, ਹਰਜੀਤ ਗਰੇਵਾਲ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਜ਼ੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਗੁਰਚਰਨ ਸਿੰਘ ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਜ਼ੀ ਮੀਡੀਆ 'ਤੇ ਤੁਸੀਂ ਆਪਣੀ ਗੱਲ ਰੱਖੀ। ਸੋ ਦੱਸੀਏ ਕਿ ਜਿਸ ਹਿਸਾਬ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੁਣ ਸਵਾਲ ਖੜ੍ਹੇ ਹੋਏ ਨੇ ਜਾਂ ਫਿਰ ਕਾਨੂੰਨੀ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਗਏ ਨੇ, ਤਾਂ ਉਸ ਤੋਂ ਬਾਅਦ ਸਿੱਧੇ ਤੌਰ 'ਤੇ ਕਹਿ ਸਕਦੇ ਹਾਂ ਕਿ ਇਹੀ ਗੱਲਬਾਤ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਪੈਰੋਲ ਸਿਰਫ ਇੱਕ ਘੰਟੇ ਦੀ, ਜਦਕਿ ਬਲਾਤਕਾਰੀਆਂ ਦੀ ਪੈਰੋਲ 40-40 ਦਿਨਾਂ ਦੀ।